ਅਸੀਂ ਬਾਬਾ ਫਰੀਦ ਜੀ ਦੇ ਲੰਗਰ ਦੀ ਤਿਆਰੀ ਚੱਲ ਰਹੀ ਹੈ ਤੇ ਆ ਵੀ ਸਮਾਨ ਲੈ ਆਏ ਆ। ਹਾਂਜੀ ਬਈ ਭਾਬੀ ਜਸ਼ਨ ਧੋਖਾ ਦਿੱਤਾ ਮੈਂ ਤੂੰ ਬਈ ਨਾ ਅੱਜ ਮੇਲੇ ਤੇ ਜਾਂਦਾ ਪਿਆ ਕੰਮ ਕਰ ਚ ਦੀਦੀ ਕੀ ਗਈ ਹਾਂਜੀ ਤੇ ਹੋ ਗਏ ਆਪਾਂ ਹੁਣ ਰੈਡੀ ਸ਼ੈਡੀ ਤੇ ਚੱਲੇ ਆ ਬਾਬਾ ਜੀ ਦੀ ਸੇਵਾ ਕਰਨ ਤੇ ਆ ਜਾਓ ਮਿਲਦੇ ਆ। ਆਪਾਂ ਸਾਰਾ ਸਮਾਨ ਲੈ ਆਂਦਾ ਸੀ ਪਹਿਲਾਂ ਬਿਸਕੁਟਾਂ ਦੀ ਸੇਵਾ ਕਰਨੀ ਹੈ ਤੇ ਤੁਸੀਂ ਦੇਖ ਹੀ ਲਿਆ ਪੇਟੀਆਂ ਲੈ ਕੇ ਆਏ ਆ ਆਪਾਂ ਤੇ ਚੱਲਦੇ ਆ ਆ ਜਾਓ। ਹਾਂਜੀ ਹਾਂਜੀ ਪਹਿਲਾਂ ਉੱਥੇ ਲਵਾ ਲਗੇ ਭੋਗ ਮੈਂ ਕਹਿੰਦਾ ਸੀ ਯਾਰ ਰਾਤੀ ਬਣਦੇ ਕਬੂਲ ਹੀ ਹੁੰਦਾ ਬਾਬਿਆਂ ਨੂੰ ਜੋ ਆਪਾਂ ਤੋਰੀ ਪੇ ਕਰੋ ਭੋਗ ਤਾਂ ਭੋਗ ਹੀ ਹੁੰਦਾ ਲਵਾਉਣਾ ਰਸ਼ ਬਹੁਤ ਹੈ ਘਰ ਜਾਣ ਹੀ ਤੇ ਬਈ ਆਪਾਂ ਬਾਹਰ ਖੜ ਜਾਾਂਗੇ ਇੱਕ ਜਣਾ ਤੂੰ ਜਾ ਕੇ ਭੋਗ ਲਵਾਇਆ ਅੰਦਰ ਧਾਰਮਿਕ ਜਗ੍ਹਾ ਤੇ ਲੈ ਚਲੋ ਜਾਣ ਦੋ ਅਰਦਾਸ ਤੁਹਾਨੂੰ ਕਰਨੀ ਆਂਦੀ ਹੋਣੀ ਕੱਲ ਬਾਬਾ ਫਰੀਦ ਚੌਂਕ ਚਲੋ ਐ ਨਹੀਂ ਕਰਦੇ ਦੇਖੂਗਾ ਲੈ ਵੀ ਵਰਨਾ ਆਪਾਂ ਕਹਿ ਦਿੰਨੇ ਪਰ ਜਿਵੇਂ ਕਿਉਂ ਹਾਂਜੀ ਹਾਂਜੀ ਅੱਜ ਤਾਂ ਸੰਧੂ ਰੈਡੀ ਛੜੀ ਹੋਇਆ ਬੈਠਾ ਇੱਕ ਪੈਕਟ ਲੈ ਜਾਓ ਬਹੁਤ ਆ ਪਾਤ ਲੈ ਆਣੀ ਪਰ ਲੰਗਰ ਚ ਦਾਲ ਦੋ ਲੈ ਕਰੇ ਇੱਥਾਂ ਤਾਂ ਐਂ ਹੀ ਐ ਲਵੇੜ ਕੇ ਪਿੰਡ ਤੇ ਚੱਲਦੇ ਆਪਾਂ ਬਾਈ ਜੋ ਰੋਟੀ ਲਵਾ ਲੈਨੇ ਆ ਠੀਕ ਹੈ ਤੇ ਚੱਲਦੇ ਆ ਜੀ ਪਹੁੰਚ ਗਏ ਜੀ ਆਪਾਂ ਮਾਈ ਗੋਦੜੀ ਸਾਹਿਬ ਬਹੁਤ ਸੋਹਣੀ ਸਜਾਵਟ ਕੀਤੀ ਵੀ ਹੈ ਇੱਥੇ ਵੀ ਤੇ ਭੋਗ ਲਵਾਉਣੇ ਆਪਾਂ ਇੱਥੋਂ ਤਾਂ ਫਿਰ ਆਪਾਂ ਲੰਗਰ ਵਰਤਾਉਣਾ ਸਟਾਰਟ ਕਰਾਂਗੇ ਕੌਣ ਡਰਿਆ ਭਾਬੀ ਹੁਣ ਇੰਜਣ ਦੇ ਲੈਣਾ ਝੂਟਾ ਉੱਤੇ ਜਾ ਕੇ ਖੜ ਜਾਂਦਾ ਇਹ ਮਹਿਸੂਸ ਹੋ ਰਿਹਾ ਆਪਾਂ ਤਾਂ ਇਹਦੇ ਤੇ ਲੈ ਲਈਏ ਸੁੰਡੀ ਸੰਡੀ ਤੇ ਚਲੋ ਕੱਸ ਕੇ ਲਾ ਰਹੇ ਹੋ ਕੱਸ ਕੇ ਆਮ ਦੋ ਕੋਮੇਡੀ ਮੋਸਟਲੀ ਆਪਾਂ
ਠੀਕਾ ਠੀਕਾ ਮੂੰਹ ਵੇਖਦੇ ਨਾ ਵੇ ਰੋਕ ਦੇ ਬਾਈ ਓਏ ਵਾਲਾ ਪੂਰਾ ਕਰਤਾ ਭਰਜਾਈ ਨੂੰ ਦੋਨੇ ਡਰ ਕੇ ਭੱਜ ਗਏ ਨਹੀਂ ਨਹੀਂ ਠੀਕ ਰਿਹਾ ਚੰਦੂ ਕਹਿੰਦਾ ਟ੍ਰੇਨ ਆ ਗਈ ਇਹਦੇ ਤੇ ਲੈ ਲਓ ਭਾਬੀ ਕਹਿੰਦੀ ਇਹਦੇ ਤੇ ਡਰ ਹੀ ਨਹੀਂ ਲੱਗਦਾ ਚਲੋ ਚਲ ਗਏ ਬਸਾ ਤਾਂ ਐਂਟਰੀ ਲਈ ਸੀ ਆਪਾਂ ਚੀਜ਼ ਲੈ ਲਿਆ ਭਾਬੀ ਲਈ ਜੁੱਤੀ ਬਸ ਹੈਗੀ ਆ ਨਹੀਂ ਆਈ ਸੰਧੂ ਚੋਰੀ ਚੋਰੀ ਵੀਡੀਓ ਨਹੀਂ ਬਣਾਉਣੀ ਕਿਹੜੀ ਲੈਣੀ ਭਾਬੀ ਬੰਦੇ ਤਿੰਨ ਚਾਰ ਆਏ ਨਾ ਜੁੱਤੀ ਜੁੱਤੀ ਪਾਲੀ ਕੇ ਚਿੱਲ ਪੋਲ ਕੇ ਫੜ ਹੀ ਲੈਣਾ ਸੇਵਾ ਐ ਹੁੰਦੀ ਆ ਵਿਆਹ ਤੋਂ ਬਾਅਦ ਜ਼ਿੰਮੇਵਾਰੀਆਂ ਆ ਹੀ ਹੁੰਦੀਆਂ ਹਾਂਜੀ ਤੇ ਹੁਣ ਅਸੀਂ ਚੱਲਦੇ ਆ ਲੰਗਰ ਵਰਤਾਉਣ ਤੇ ਪਹਿਲਾਂ ਅਸੀਂ ਝੂਲੇ ਲੈਣ ਲੱਗ ਗਏ ਸੀਗੇ ਕਿਉਂਕਿ ਉੱਧਰ ਰਸ਼ ਹੈਣੀ ਸੀ ਬਾਹਰ ਤਾਂ ਕਰਕੇ ਅਤੇ ਹੁਣ ਸ਼ਾਮ ਹੋ ਗਈ ਹੈ ਥੋੜ੍ਹੀ ਜਿਹੀ ਅਤੇ ਰਸ਼ ਵੱਧ ਗਿਆ ਹੁਣ ਅਸੀਂ ਲੰਗਰ ਵਰਤਾਉਂਦੇ ਹਾਂ ਆਪਣਾ ਤਾਂ ਕੰਟੀਨਿਊ ਰੱਖਿਓ ਵਲੌਗ ਨੂੰ ਅਤੇ ਚੱਲਦੇ ਚੱਲਦੇ ਵਲੌਗ ਨੂੰ ਅਤੇ ਲਾਈਕ ਕਰ ਦਿਓ ਆ ਜਾਓ ਬਹੁਤ ਸੋਹਣਾ ਮੌਸਮ ਬਣਿਆ ਵਾ ਅੱਜ ਲੱਗਿਆ ਵਰਤਾਉਣ ਆਪਾਂ ਲੰਗਰ ਆ ਜਾਓ ਹਾਂਜੀ ਵਾਹਿਗੁਰੂ ਧੰਨ ਧੰਨ ਬਾਬਾ ਫਰੀਦ ਜੀ ਮਿਹਰ ਹਾਂਜੀ ਬਾਈ ਕਰੋ ਸ਼ੁਰੂ ਫਿਰ ਆ ਜਾਓ ਹਾਂਜੀ ਲੰਗਰ ਕਰਤਾ ਸ਼ੁਰੂ ਬਾਬਾ ਜੀ ਦੀ ਕਿਰਪਾ ਨਾਲ ਆ ਬਾਈ ਨੂੰ ਦੇਈ ਯਾਰ ਸਿਮਰਨ ਆ ਜਾਓ ਸਰ ਹਾਂਜੀ ਕਰੋ ਸੇਵਾ
ਆਪਾਂ ਫੜੀ ਠੀਕ ਠਾਕ ਆ ਹੋਰ ਕੀ ਬਣਦਾ ਲੈ ਬਾਈ ਹੋਰ ਬਾਈ ਕੀ ਹਾਲ ਨੇ ਹੋਰ ਠੀਕ ਠਾਕ ਆ ਹਾਂਜੀ ਤੇ ਲੰਗਰ ਲੁੰਗਰ ਵਰਤਾ ਲਿਆ ਹਾਂਜੀ ਤੇ ਬਹੁਤ ਜ਼ਿਆਦਾ ਰਸ਼ ਹੈ ਦੇਖ ਸਕਦੇ ਹੋ ਤੁਸੀਂ ਪਸੀਨੋ ਪਸੀਨੀ ਹੋਏ ਪਏ ਆ ਤੇ ਵਧੀਆ ਨਿਬੜ ਗਿਆ ਚਲੋ ਬਾਬੇ ਜੀ ਦੀ ਕਿਰਪਾ ਬਾਬਾ ਫਰੀਦ ਜੀ ਦੀ ਦੇਖ ਸਕਦੇ ਹੋ ਤੁਸੀਂ ਬਾਬਾ ਸ਼ੇਰ ਜੀ ਦੇ ਅੰਗ ਅੰਗ ਸੰਗ ਸਹਾਈ ਰਹਿਣ ਅੰਗ ਸੰਗ ਸਹਾਈ ਰਹਿਣ ਆਗਮਨ ਪੂਰਨ ਦੀਆਂ ਲੱਖ ਲੱਖ ਵਧਾਈਆਂ ਆਗਮਨ ਦੇਖੋ ਕਿੰਨਾ ਰਸ਼ ਆ ਓਹੋ ਚਲੋ ਬਾਬਾ ਜੀ ਤਰੱਕੀਆਂ ਬਖਸ਼ਣ ਤੁਹਾਨੂੰ ਵੀ ਸਾਰਿਆਂ ਨੂੰ ਜਿਨ੍ਹਾਂ ਨੇ ਸਾਡਾ ਵਲੋਗ ਵੇਖਿਆ ਅਤੇ ਸਿਰ ਵੱਧ ਦਾ ਭਲਾ ਕਰਨ ਅਤੇ ਵੱਧ ਸ਼ੇਅਰ ਕਰੋ ਅਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਵਲੋਗ ਨੂੰ ਅਤੇ ਬਾਕੀ ਕਿਰਪਾ ਬਾਬਾ ਜੀ ਦੀ ਲਾਈਕ ਸਬਸਕ੍ਰਾਈਬ ਅਤੇ ਘੰਟੀ ਵਾਲਾ ਬਟਨ ਵੀ ਦਬਾ ਦਿਓ ਹਾਂਜੀ ਤਾਂ ਮਿਲਦੇ ਹਾਂ ਆਪਾਂ ਥੋੜ੍ਹੀ ਦੇਰ ਨੂੰ ਬਾਬਾ ਜੀ ਦਾ ਲੰਗਰ ਮੱਕੀ ਦੀ ਰੋਟੀ ਅਤੇ ਸਰੋਂ ਦਾ ਸਾਗ ਛਕੋ ਛਕਦੇ ਹਾਂ ਅਸੀਂ ਵੀ ਹੁਣ ਪਸੀਨੋ ਪਸੀਨੇ ਹੋਏ ਪਏ ਸੀਗੇ ਹੁਣ ਹੋਏ ਹਾਂ ਸਹੀ ਲੰਗਰ ਛਕਦੇ ਹਾਂ ਅਸੀਂ ਵੀ ਇਹ ਖੜ੍ਹੇ ਹਾਂ ਅਸੀਂ ਰੈਸਟ ਹਾਊਸ ਕੋਲ ਜਿੰਨੇ ਜਣੇ ਵੀ ਸਾਨੂੰ ਅੱਜ ਮਿਲੇ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਰਿਸਪੈਕਟ ਦੇਣ ਲਈ ਅਤੇ ਬਾਬੇ ਜੀ ਤੁਹਾਨੂੰ ਸਾਰਿਆਂ ਨੂੰ ਤਰੱਕੀ ਬਖਸ਼ਣ ਪਾਣੀ ਪੂਣੀ ਦਾ ਛਿੜਕਾਅ ਹੋਈ ਜਾਂਦਾ ਕਿਉਂਕਿ ਕੱਲ੍ਹ ਨਗਰ ਕੀਰਤਨ ਨਿਕਲਣਾ ਗਾ ਨਗਰ ਕੀਰਤਨ 'ਤੇ ਵੀ ਆਵਾਂਗੇ ਫਰੀਦਕੋਟ ਦੇ ਮਸ਼ਹੂਰ ਛੋਲੇ ਕੁਲਚੇ ਕਿਹੜੇ ਆ ਬਈ ਰਤਨ ਰਤਨ ਦੇ ਛੋਲੇ ਕੁਲਚੇ ਭੁਜੀ ਵਾਲੇ ਰਤਨ ਟਾਟਾ ਦਾ ਭਰਾ ਹੀ ਇਹਨੇ ਕੁਲਚਿਆਂ 'ਤੇ ਆ ਗਿਆ ਬਹੁਤ ਸਵਾਦ ਤੇ ਬਹੁਤ ਟੇਸਟੀ ਕੁਲਚੇ ਹੁੰਦੇ ਐਂਡਲੈਸ ਕੰਮ ਹੈ ਐਂਡਲੈਸ